ਇੱਕ ਆਦਮੀ ਸੀ, ਫਿਰ ਮਾਸ ਖਾ ਮੱਖਣ ਖਾਧਾ ਸੀ ਹਿੰਦੁਸਤਾਨ ਨੇ, ਦੋ ਸਿਰ ਦੂਜ ਕੀਤਾ ਸੀ ਇੱਕ ਆਦਮੀ, ਉਸ ਨੇ ਅੰਗਰੇਜ਼ਾਂ ਦੀ ਨੌਕਰੀ ਸੀ, ਉਹ ਆਦਮੀ ਦੂਜ ਦੀ ਲੜਾਈ 'ਚ ਆ ਗਿਆ, ਉਸ ਆਦਮੀ ਨੂੰ ਜਰਮਨੀ ਨੇ ਕੈਦ ਕਰ ਲਿਆ, ਉਸ ਨੂੰ ਇੰਡੀਆ ਜਾਣਾ ਚਾਹਤਾ ਹੈ। ਹੁਣ ਸਾਨੂੰ ਉਵੇਂ ਯਾਦ ਆਈ ਜਾਂਦੇ ਆ ਸਾਡੇ ਬਾਬਾ ਜੀ, ਜਿਵੇਂ ਸੱਚੀ ਉੱਥੇ ਪੀੜ੍ਹੀ 'ਤੇ ਬੈਠੇ ਹੁੰਦੇ, ਉਸੇ ਤਰ੍ਹਾਂ ਹੀ ਲੱਗਦੇ ਆ ਵੀ ਅੱਜ ਉਹਦੀ ਯਾਦ ਆ, ਜਿਵੇਂ ਉਸੇ ਤਰ੍ਹਾਂ ਹੀ ਸਾਨੂੰ ਦਿਸੀ ਜਾਂਦੇ ਆ ਵੀ ਸੱਚੀ ਵਿੱਚ ਹੀ ਹੈਗੇ ਹੀ ਆ ਬਾਬਾ ਜੀ, ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਉਹ। ਉਸ ਨਾਲ ਸਾਰਾ ਦੱਸਦੇ ਸੀ, ਐਸਿਆਂ ਕਰਕੇ ਅਸੀਂ ਕੈਦ ਹੋ ਗਏ, ਫਿਰ ਅਸੀਂ ਮਤਲਬ ਗੋਲੀ ਵੱਜ ਗਈ, ਭੱਜਿਆ ਨਹੀਂ ਗਿਆ, ਸਾਨੂੰ ਉਹਨੇ ਕੈਦ ਕਰ ਲਿਆ। ਕਈ ਕਿਹਦਾ ਫਿਰ ਮਤਲਬ ਜੇ ਰੋਟੀ ਰਾਟੀ, ਅਸੀਂ ਕਹਿਣਾ ਤੁਹਾਨੂੰ ਰੋਟੀ ਕੀ ਖਾਣ ਨੂੰ ਕੀ ਦਿੰਦੇ, ਉਹਨੇ ਕਹਿਣਾ ਪੁੱਤਾ ਸਾਨੂੰ, ਪੁੱਤਰਾ ਸਾਨੂੰ ਕੀ ਦੇਣਾ, ਕੈਦੀਆਂ ਨੂੰ ਕੀ ਦਿੰਦੇ ਹੁੰਦੇ ਆ, ਮਾੜਾ ਮੋਟਾ ਦੇ ਛੱਡਣਾ, ਮਾੜਾ ਮੋਟਾ ਭੁੱਖ ਡੋਕੇ 'ਚ ਹੀ ਰਹਿੰਦੇ ਹੁੰਦੇ ਸੀਗੇ। ਖਬਰ ਨਹੀਂ ਕਬ ਖੁਲਾ ਕਬ ਹੋਏਗਾ, ਉਹ ਆਦਮੀ ਉਹ ਆਦਮੀ 3 ਵਰਸ ਹੋ ਗਏ ਹੈ, ਜੇ ਹਿੰਦੁਸਤਾਨ ਮੇ ਉਹ ਆਦਮੀ ਜਾਏਗਾ, ਉਸਕੋ ਖਾਣਾ ਉਹ ਮਿਲੂਗਾ, ਜੇ 2 ਸਾਲ ਉਹ ਆਦਮੀ ਇੱਥੇ ਹੋਰ ਰਹਿ ਗਿਆ ਤਾਂ ਉਹ ਆਦਮੀ ਮਰ ਜਾਊਗਾ, ਮਹਾਰਾਜ ਕਿਰਪਾ ਕਰੇ।